ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਘਰ ਦੇ ਵਿੱਚ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ, ਪਰ ਆਪਾਂ ਨੂੰ ਜ਼ਿਆਦਾ ਦੁੱਧ ਦੀ ਬਿਲਕੁਲ ਜ਼ਰੂਰਤ ਨਹੀਂ ਅਤੇ ਨਾ ਹੀ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ। ਬਹੁਤ ਹੀ ਘੱਟ ਸਮਾਨ ਦੇ ਨਾਲ, ਯਾਨੀ ਕਿ 1 ਗਲਾਸ ਦੁੱਧ ਦੇ ਨਾਲ ਤੁਸੀਂ ਜਿਹੜੀਆਂ ਖੋਏ ਦੀਆਂ ਪਿੰਨੀਆਂ ਘਰ ਦੇ ਵਿੱਚ ਤਿਆਰ ਕਰ ਲਓਗੇ, ਅਤੇ ਉਹ ਵੀ ਤੁਸੀਂ 10 ਜਾਂ 15 ਮਿੰਟਾਂ ਦੇ ਵਿੱਚ ਤਿਆਰ ਕਰ ਲਓਗੇ, ਯਾਨੀ ਕਿ ਜਦੋਂ ਤੁਹਾਡਾ ਮਨ ਕਰੇ ਹੁਣ ਤੁਸੀਂ ਉਦੋਂ ਹੀ ਖੋਏ ਦੀਆਂ ਪਿੰਨੀਆਂ ਬਣਾ ਕੇ ਜਿਹੜੀਆਂ ਖਾ ਸਕਦੇ ਹੋ। ਚਲੋ ਫਿਰ ਇਸ ਵੀਡੀਓ ਦੇ ਨਾਲ ਜੁੜੇ ਰਹੋ ਇਸ ਰੈਸਪੀ ਨੂੰ ਸਿੱਖਣ ਦੇ ਲਈ। ਜੇਕਰ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤੁਸੀਂ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰਿਓ, ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ ਫਿਰ ਆਪਾਂ ਇਹ ਖੋਏ ਦੀਆਂ ਪਿੰਨੀਆਂ ਬਣਾਉਣੀਆਂ ਸਿੱਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜੀ ਚੁੱਲ੍ਹੇ 'ਤੇ ਰੱਖ ਲਾਂਗੇ ਆਪਾਂ ਪੈਨ, ਅਤੇ ਇਹਦੇ ਵਿੱਚ ਨਾ ਆਪਾਂ ਝਟਪਟਾ ਜਿਹੜਾ ਖੋਆ ਤਿਆਰ ਕਰਦੇ ਹਾਂ। ਇਹਦੇ ਵਿੱਚ ਆਪਾਂ 2 ਚਮਚੇ ਜਿਹੜੇ ਘਿਓ ਦੇ ਐਡ ਕਰਾਂਗੇ, ਜ਼ਿਆਦਾ ਘਿਓ ਬਿਲਕੁਲ ਵੀ ਨਹੀਂ। ਅਤੇ ਹੁਣ ਜੀ ਘਿਓ ਗਰਮ ਹੋ ਗਿਆ, ਹੁਣ ਆਪਣੇ ਕੋਲ ਹੈਗਾ ਦੁੱਧ, ਅਤੇ ਇਹ ਆਪਣੇ ਕੋਲ 1/2 ਗਲਾਸ ਹੈ। 1/2 ਗਲਾਸ ਦੁੱਧ ਹੈ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ। ਇਹਨੂੰ ਪਹਿਲਾਂ ਵੀ ਉਬਾਲ ਦਿੱਤਾ ਹੋਇਆ ਹੈਗਾ ਦੁੱਧ ਨੂੰ, ਮੈਂ ਫਰਿੱਜ 'ਚ ਰੱਖਤਾ ਸੀ, ਪਰ ਤੁਸੀਂ ਜੇ ਕੱਚਾ ਦੁੱਧ ਐਡ ਕਰੋਗੇ ਨਾ ਫਿਰ ਵੀ ਤੁਸੀਂ ਇਹਨੂੰ ਉਬਾਲਾ ਜਿਹੜਾ ਉਹ ਦਵਾ ਲੈਣਾ ਗਾ। ਅਤੇ ਆਪਾਂ ਦੁੱਧ ਨੂੰ 1 ਉਬਾਲ ਆਉਣ ਦੀ ਵੇਟ ਕਰਾਂਗੇ, ਅਤੇ ਦੁੱਧ ਨੂੰ ਐਡ ਕਰਕੇ ਨਾ ਘਿਓ ਦੇ ਵਿੱਚ ਆਪਾਂ ਨਾਲ ਦੀ ਨਾਲ ਜਿਹੜਾ ਕੜਛੀ ਜਾਂ ਖੁਰਚਣੇ ਦੀ ਮਦਦ ਨਾਲ ਮਿਕਸ ਕਰੀ ਜਾਣਾ ਗਾ। ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਜਾਂ ਫਿਰ ਸਲੋ ਰੱਖਣੀ ਹੈ। ਅਤੇ ਇਸ ਤਰੀਕੇ ਨਾਲ ਜੀ ਆਪਾਂ ਜਿਹੜਾ 5 ਮਿੰਟਾਂ ਦੇ ਵਿੱਚ ਹੈ ਖੋਆ ਤਿਆਰ ਕਰ ਲਾਂਗੇ। ਜਦੋਂ ਵੀ ਘਰ ਕੋਈ ਮਠਿਆਈ ਬਣਾਉਣੀ ਹੋਵੇ ਜਾਂ ਫਿਰ ਖੋਏ ਦੀਆਂ ਪਿੰਨੀਆਂ ਖਾਣ ਨੂੰ ਮਨ ਕਰੇ, ਸਪੈਸ਼ਲੀ ਜਦੋਂ ਆਪਾਂ ਘਰੋਂ ਬਾਹਰ ਰਹਿੰਦੇ ਹਾਂ, ਘਰ ਤੋਂ ਦੂਰ ਰਹਿੰਦੇ ਹਾਂ, ਜਾਂ ਸ਼ਹਿਰ ਦੇ ਵਿੱਚ ਬਹੁਤ ਔਖਾ ਹੁੰਦਾ ਵੀ ਜ਼ਿਆਦਾ ਮਾਤਰਾ ਦੇ ਵਿੱਚ ਦੁੱਧ ਲਿਆ ਕੇ ਫਿਰ ਚੁੱਲ੍ਹੇ 'ਤੇ ਉਹਦਾ ਖੋਆ 1 ਘੰਟੇ ਜਿਹੜਾ ਕੱਢਣਾ ਬਹੁਤ ਮੁਸ਼ਕਲ ਹੁੰਦਾ ਹੈ, ਅਤੇ ਇਸ ਕਰਕੇ ਤੁਸੀਂ ਝਟਪਟ ਹੈ ਜਿਹੜਾ ਖੋਆ ਬਣਾ ਕੇ ਖੋਏ ਦੀਆਂ ਪਿੰਨੀਆਂ ਜਿਹੜੀਆਂ ਇੰਜੋਏ ਕਰ ਸਕਦੇ ਹੋ। ਬਹੁਤ ਵਧੀਆ ਟੇਸਟ ਆਉਂਦਾ ਇਸ ਤਰੀਕੇ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਦੁੱਧ ਨੂੰ ਉਬਾਲਾ ਆ ਗਿਆ। ਹੁਣ ਜੀ ਇਹ ਆਪਣੇ ਕੋਲ ਹੈਗਾ ਮਿਲਕ ਪਾਊਡਰ, ਜਿਹੜੇ ਗਲਾਸ ਨਾਲ ਆਪਾਂ ਦੁੱਧ ਲਿਆ ਸੀ ਨਾ 1/2 ਗਲਾਸ ਦੁੱਧ ਦਾ ਸੀ, ਅਤੇ ਇਹ 1 ਗਲਾਸ ਹੈ ਜਿਹੜਾ ਮਿਲਕ ਪਾਊਡਰ ਦਾ, ਜੋ ਕਿ ਬਹੁਤ ਆਸਾਨੀ ਨਾਲ ਤੁਹਾਨੂੰ ਮਾਰਕੀਟ 'ਚੋਂ ਮਿਲ ਜਾਂਦਾ। ਹੁਣ ਆਪਾਂ ਇਹਦੇ ਵਿੱਚ ਇਹ ਐਡ ਕਰਾਂਗੇ, ਅਤੇ ਹੁਣ ਜੀ ਸੇਕ ਹੈ ਜਿਹੜਾ ਆਪਾਂ ਘੱਟ ਕਰਤਾ, ਯਾਨੀ ਕਿ ਫਲੇਮ ਹੈ ਤੁਸੀਂ ਸਲੋ ਕਰ ਦਿਓ। ਇਹ ਮਿਲਕ ਪਾਊਡਰ ਬਹੁਤ ਆਸਾਨੀ ਨਾਲ ਮਾਰਕੀਟ 'ਚੋਂ ਤੁਹਾਨੂੰ ਮਿਲ ਜਾਂਦਾ ਗਾ, ਅਤੇ ਥੋੜ੍ਹਾ ਥੋੜ੍ਹਾ ਐਡ ਕਰਦੇ ਜਾਵਾਂਗੇ ਆਪਾਂ, ਇਹਨੂੰ ਮਿਕਸ ਕਰਦੇ ਜਾਵਾਂਗੇ ਵੀ ਇਹਦੀਆਂ ਗੰਢਾਂ ਨਾ ਬਣ ਜਾਣ, ਕਿਉਂਕਿ 1 ਵਾਰ 'ਚ ਜੇ ਆਪਾਂ ਸਾਰਾ ਮਿਲਕ ਪਾਊਡਰ ਐਡ ਕਰ ਦਿਆਂਗੇ ਨਾ ਫਿਰ ਇਹਦੀਆਂ ਗੰਢਾਂ ਬਣ ਜਾਣਗੀਆਂ। ਜਿੰਨਾ ਕੁ ਆਪਾਂ ਮਿਕਸ ਕਰ ਸਕੀਏ ਨਾ ਬਸ ਉਨਾ ਉਨਾ ਐਡ ਕਰਦੇ ਜਾਵਾਂਗੇ, ਅਤੇ ਇਹਦਾ ਟੇਸਟ ਇੰਨਾ ਵਧੀਆ ਆਉਂਦਾ ਨਾ ਵੀ ਤੁਸੀਂ ਬਾਰ ਬਾਰ ਇਸ ਤਰੀਕੇ ਨਾਲ ਹੀ ਬਣਾਓਗੇ। ਕੋਈ ਵੀ ਮਠਿਆਈ ਬਣਾ ਸਕਦੇ ਹੋ, ਖੋਏ ਦੀਆਂ ਪਿੰਨੀਆਂ ਆਪਾਂ ਤੁਹਾਨੂੰ ਬਣਾਉਣੀਆਂ ਦੱਸਾਂਗੇ ਅੱਜ। ਅਤੇ ਹੁਣ ਜੀ ਬਿਲਕੁਲ ਥੋੜ੍ਹਾ ਜਿਹਾ ਮਿਲਕ ਪਾਊਡਰ ਰਹਿ ਗਿਆ, ਇਹ ਵੀ ਆਪਾਂ ਸਾਰਾ ਐਡ ਕਰ ਦਿੰਦੇ ਹਾਂ। ਦੇਖੋ ਆਪਾਂ ਇਹਦੇ ਵਿੱਚ ਬਿਲਕੁਲ ਗੰਢਾਂ ਨਹੀਂ ਬਣ ਦਿੱਤੀਆਂ, ਸਾਰੀਆਂ ਗੰਢਾਂ ਨੂੰ ਜਿਹੜਾ ਖਤਮ ਕਰਤਾ, ਆਪਣੇ ਆਪ ਨੇ ਗਾੜਾ ਹੋਣਾ ਸਟਾਰਟ ਹੋ ਜੂਗਾ, ਅਤੇ ਆਪਾਂ ਇਹਨੂੰ 5 ਕੁ ਮਿੰਟ ਹੈ ਜਿਹੜਾ ਟੋਟਲ ਪਕਾਉਣਾ ਗਾ। ਮੈਨੂੰ 4 ਕੁ ਮਿੰਟ ਹੈ ਜਿਹੜਾ, ਜਾਂ 3 ਕੁ ਮਿੰਟ 3-4 ਮਿੰਟ ਲੱਗਣਗੇ, ਅਤੇ ਬਿਲਕੁਲ ਸਲੋ ਜੀ ਫਲੇਮ 'ਤੇ ਪਕਾ ਲੂੰਗੀ। ਇਹਦਾ ਟੈਕਸਚਰ ਚੇਂਜ ਹੋ ਜੂ, ਬਿਲਕੁਲ ਇਹ ਗਾੜਾ ਬਣ ਜੂ, ਅਤੇ ਬਿਲਕੁਲ ਖੋਏ ਦੀ ਤਰ੍ਹਾਂ ਬਣ ਕੇ ਤਿਆਰ ਹੋ ਜੂ। ਅਤੇ ਇਸ ਤਰੀਕੇ ਨਾਲ ਜੀ ਤੁਸੀਂ ਕੜਛੀ ਨੂੰ ਹਿਲਾਉਣਾ ਨਾ ਛੱਡਿਓ, ਇਹਨੂੰ ਮਿਕਸ ਕਰਦੇ ਰਹੋ। ਜਿਹੜਾ ਸਾਈਡਾਂ 'ਤੇ ਇਹ ਲੱਗੇ ਗਿਆ ਨਾ, ਇਹਨੂੰ ਇਸ ਤਰੀਕੇ ਨਾਲ ਖੁਰਚੀ ਚੱਲਿਓ, ਇਹ ਵੇਸਟ ਨਹੀਂ ਹੋਣਾ ਚਾਹੀਦਾ, ਇਹਨੂੰ ਵਿੱਚੇ ਮਿਕਸ ਕਰ ਦਿਆਂਗੇ ਆਪਾਂ। ਅਤੇ ਦੇਖੋ ਇਹ ਥੱਲੇ ਲੱਗਣਾ ਸਟਾਰਟ ਹੋ ਜਾਂਦਾ ਜਦੋਂ ਆਪਾਂ ਕੜਛੀ ਹੈ ਜਿਹੜੀ ਹਿਲਾਉਣੀ ਛੱਡ ਦਿੰਦੇ ਹਾਂ, ਅਤੇ ਕੜਛੀ ਨੂੰ ਨਾ ਇਸ ਤਰੀਕੇ ਨਾਲ ਹਿਲਾਉਂਦੇ ਹੋਏ ਆਪਾਂ ਇਹਨੂੰ ਪਕਾਉਣਾ ਗਾ ਕੋਲੇ ਬੈਠ ਕੇ। ਬਸ ਇਹੀ ਜ਼ਰੂਰੀ ਸਟੈਪ ਹੈ ਇਸ ਰੈਸਪੀ ਦੇ ਵਿੱਚ। ਅਤੇ ਇਸ ਤਰ੍ਹਾਂ ਜੀ ਖੋਆ ਆਪਣਾ ਬਿਲਕੁਲ ਬਣਨਾ ਸਟਾਰਟ ਹੋ ਗਿਆ, ਬਸ ਥੋੜ੍ਹਾ ਜਿਹਾ ਹੋਰ ਆਪਾਂ ਇਹਨੂੰ ਪਕਾਵਾਂਗੇ। ਦੇਖੋ ਬਿਲਕੁਲ ਹੈ ਜਿਹੜਾ ਇਹ ਗਾੜਾ ਬਣ ਗਿਆ, ਬਸ ਬਿਲਕੁਲ ਇਹਨੂੰ 1/2 ਮਿੰਟ ਲੱਗੂਗਾ ਬਣਨ ਵਾਸਤੇ। ਤੁਸੀਂ ਇਹਨੂੰ ਬਣਾ ਕੇ ਨਾ ਫਰਿੱਜ 'ਚ ਵੀ ਰੱਖ ਸਕਦੇ ਹੋ, ਜਦੋਂ ਨੈਕਸਟ ਟਾਈਮ ਕੋਈ ਰੈਸਪੀ ਬਣਾਉਣੀ ਹੋਵੇ, ਕੋਈ ਮਠਿਆਈ ਬਣਾਉਣੀ ਹੋਵੇ, ਫਿਰ ਤੁਸੀਂ ਇਹਨੂੰ ਵਰਤ ਸਕਦੇ ਹੋ। ਬਸ ਇੰਨਾ ਕੁ ਪਕਾ ਕੇ ਜਿਹੜਾ ਕਿਸੇ ਬਰਤਨ 'ਚ ਕੱਢ ਕੇ ਰੱਖ ਲਿਓ, ਪਰ ਆਪਾਂ ਇਹਨੂੰ ਬਣਾ ਕੇ ਹੁਣੇ ਵਰਤਣਾ ਗਾ, ਆਪਾਂ ਪਿੰਨੀਆਂ ਬਣਾਉਣੀਆਂ। ਇਸ ਦੇ ਲਈ ਥੋੜ੍ਹਾ ਜਿਹਾ ਟੈਕਸਚਰ ਹੈ ਜਿਹੜਾ ਤਾਂ ਹੋਰ ਖੜਾ ਕਰ ਲਾਂਗੇ,
ਦੇਖੋ ਇਹਨੇ ਕੜਾਹੀ ਨੂੰ ਜਿਹੜਾ ਛੱਡਣਾ ਸਟਾਰਟ ਕਰਤਾ, ਬਸ ਹੁਣ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ। ਦੇਖੋ ਬਿਲਕੁਲ ਚਿਪਕ ਨਹੀਂ ਰਿਹਾ, ਅਤੇ ਇਸ ਤਰੀਕੇ ਦਾ ਇਹਦਾ ਟੈਕਸਚਰ ਆ ਜਿਹੜਾ ਹੈਗਾ ਥੋੜ੍ਹਾ ਜਿਹਾ ਠੰਡਾ ਹੋ ਕੇ ਵੀ ਗਾੜਾ ਹੋ ਜੂਗਾ। ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਜਿਹੜਾ ਸਾਈਡ 'ਤੇ ਰੱਖ ਦਿੰਦੇ ਹਾਂ। ਅਤੇ ਇੱਧਰ ਜੀ ਇੱਕ ਅਲੱਗ ਕੜਾਹੀ ਦੇ ਵਿੱਚ ਨਾ ਆਪਾਂ ਜਿਹੜਾ ਇੱਕ ਕੜਛੀ ਹੈ ਘਿਓ ਦੀ ਗਰਮ ਕਰ ਲਾਂਗੇ, ਅਤੇ ਫਲੇਮ ਨਾ ਆਪਾਂ ਬਿਲਕੁਲ ਹਲਕੀ ਜੀ ਰੱਖਾਂਗੇ, ਘਿਓ ਨੂੰ ਚੰਗੇ ਤਰੀਕੇ ਨਾਲ ਗਰਮ ਕਰ ਲਾਂਗੇ। ਅਤੇ ਘਿਓ ਗਰਮ ਹੋ ਗਿਆ ਜੀ, ਹੁਣ ਇਹ ਹੈਗਾ ਆਪਣੇ ਕੋਲ ਕਣਕ ਦਾ ਆਟਾ। ਕਣਕ ਦਾ ਆਟਾ ਆਪਾਂ ਉਨਾ ਹੀ ਲੈਤਾ ਉਸ ਬਰਤਨ ਨਾਲ ਨਾਪ ਕੇ ਜਿੰਨਾ ਆਪਣੇ ਕੋਲ ਮਿਲਕ ਪਾਊਡਰ ਸੀਗਾ। ਵੈਸੇ ਵੀ ਕਣਕ ਦੇ ਆਟੇ ਨੂੰ ਜਦੋਂ ਆਪਾਂ ਭੁੰਨਾਂਗੇ ਨਾ ਫਿਰ ਇਹ ਡਬਲ ਹੋ ਜੂਗਾ ਫੁੱਲ ਕੇ, ਇਸ ਕਰਕੇ ਆਪਾਂ ਜ਼ਿਆਦਾ ਨਹੀਂ ਵਰਤਾਂਗੇ। ਅਤੇ ਇਹਨੂੰ ਹਲਕੀ ਜਿਹੀ ਅੱਗ 'ਤੇ ਜਿਹੜਾ ਆਪਾਂ ਆਟੇ ਨੂੰ ਗੋਲਡਨ ਹੋਣ ਤੱਕ ਭੁੰਨ ਲਾਂਗੇ। ਘਿਓ ਦੇ ਵਿੱਚ ਜਦੋਂ ਆਪਾਂ ਆਟਾ ਐਡ ਕਰ ਦਿੰਦੇ ਹਾਂ ਨਾ ਆਪਾਂ ਨਾਲ ਦੀ ਨਾਲ ਇਹਨੂੰ ਮਿਕਸ ਕਰ ਦੇਣਾ ਹੁੰਦਾ ਵੀ ਇਹਦੇ ਵਿੱਚ ਗੰਢਾਂ ਨਾ ਬਣ ਜਾਣ, ਕਿਉਂਕਿ ਜੇ ਗੰਢਾਂ ਬਣ ਗਈਆਂ ਨਾ ਅੱਧਾ ਆਟਾ ਜਿਹੜਾ ਫਿਰ ਉਹ ਕੱਚਾ ਰਹਿ ਜੂ, ਉਹਦਾ ਕੱਚੇਪਨ ਦਾ ਟੇਸਟ ਆਊਗਾ ਬਾਅਦ ਵਿੱਚ ਰੈਸਪੀ 'ਚ, ਅਤੇ ਅੱਧਾ ਜਿਹੜਾ ਉਹ ਪੱਕ ਕੇ ਤਿਆਰ ਹੋ ਜੂਗਾ। ਅਤੇ ਆਟੇ ਨੂੰ ਇਸ ਤਰੀਕੇ ਨਾਲ ਜੀ ਆਪਾਂ ਭੁੰਨ ਰਹੇ ਹਾਂ, ਥੋੜ੍ਹਾ ਜਿਹਾ ਇਹ ਮਿਹਨਤ ਦਾ ਕੰਮ ਹੈ, ਆਪਾਂ ਨੂੰ ਕੋਲ ਬੈਠ ਕੇ ਆਟਾ ਜਿਹੜਾ ਭੁੰਨਣਾ ਪਊਗਾ ਨਹੀਂ ਫਿਰ ਆਟਾ ਜਿਹੜਾ ਜਲ ਜੂਗਾ। ਅਤੇ 10 ਮਿੰਟ ਲੱਗਣਗੇ ਟੋਟਲ ਇਹਨੂੰ ਭੁੰਨਣ ਵਾਸਤੇ, ਅਤੇ ਇਹਦਾ ਕਲਰ ਆ ਜਿਹੜਾ ਚੇਂਜ ਹੋਣਾ ਸਟਾਰਟ ਹੋ ਗਿਆ। ਬਸ ਤੁਸੀਂ ਨਾ ਕੜਾਹੀ ਦੇ ਤਲੇ ਨਾਲ ਨਹੀਂ ਲੱਗਣ ਦੇਣਾ ਆਟੇ ਨੂੰ, ਨਹੀਂ ਫਿਰ ਇਹ ਜਲ ਜੂਗਾ, ਇਹਦਾ ਕੌੜਾ ਟੇਸਟ ਆਊਗਾ। ਅਤੇ ਵਧੀਆ ਗੋਲਡਨ ਬਣਾ ਕੇ ਆਪਾਂ ਤਿਆਰ ਕਰਾਂਗੇ, ਇਸ ਕਰਕੇ ਜਿਹੜਾ ਕੜਛੀ ਨੂੰ ਆਪਾਂ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ, ਅਤੇ ਜੇ ਕਿਨਾਰਿਆਂ 'ਤੇ ਵੀ ਲੱਗੀ ਗਿਆ ਨਾ ਕੜਾਹੀ ਦੇ ਉਹਨੂੰ ਵੀ ਆਪਾਂ ਉਤਾਰ ਹੀ ਜਾਣਾਗਾ। ਤੇਜ਼ ਤੇਜ਼ ਘੁਮਾਉਂਦੇ ਹੋਏ ਖੁਰਚਣੇ ਨੂੰ ਜਾਂ ਕੜਛੀ ਨੂੰ ਆਪਾਂ ਇਹਨੂੰ ਜਿਹੜਾ ਭੁੰਨ ਲੈਣਾਗਾ। ਅਤੇ ਹੁਣ ਜੀ ਆਟਾ ਚੰਗੇ ਤਰੀਕੇ ਨਾਲ ਭੁੱਜ ਗਿਆ, ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ। ਮੇਰੇ ਕੋਲ ਇਹ 1 ਕੱਪ ਖੰਡ ਦਾ ਮੈਨੂੰ ਮਿਕਸ ਕਰ ਲਿਆ ਸੀਗਾ ਮਿਕਸੀ ਦੇ ਵਿੱਚ, ਵੀ ਪਾਊਡਰ ਬਣਾ ਲਿਆ ਸੀ ਖੰਡ ਦਾ ਆਸਾਨੀ ਨਾਲ ਮਿਕਸ ਹੋ ਜੇ, ਪਰ ਮੈਂ ਇਹਦੇ ਵਿੱਚ 1/2 ਕੱਪ ਐਡ ਕਰੂੰਗੀ, ਯਾਨੀ ਕਿ ਸਵਾਦ ਅਨੁਸਾਰ ਤੁਸੀਂ ਵੱਧ ਘੱਟ ਜਿੰਨਾ ਵੀ ਮਿੱਠਾ ਰੱਖਣਾ ਹੋਇਆ ਨਾ ਉਨਾ ਐਡ ਕਰ ਲਿਓ। ਬਾਕੀ ਜਿਹੜਾ ਆਪਾਂ ਮਿਲਕ ਪਾਊਡਰ ਦਾ ਖੋਆ ਬਣਾਇਆ ਨਾ ਉਹ ਮਿੱਠਾ ਹੁੰਦਾ, ਉਹਦੇ ਵਿੱਚ ਮਿੱਠਾ ਜ਼ਿਆਦਾ ਹੁੰਦਾ, ਇਸ ਕਰਕੇ ਵੀ ਤੁਸੀਂ ਖੰਡ ਜਿਹੜੀ ਥੋੜ੍ਹੀ ਜਿਹੀ ਘੱਟ ਐਡ ਕਰਿਓ। ਖੰਡ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਜੀ, ਜਿਹੜਾ ਆਪਾਂ ਇਹ ਖੋਆ ਬਣਾ ਕੇ ਰੱਖਿਆ ਸੀ ਇੰਸਟੈਂਟ ਮਾਵਾ, ਦੇਖੋ ਇਸ ਤਰੀਕੇ ਦਾ ਟੈਕਸਚਰ ਬਣ ਗਿਆ, ਬਿਲਕੁਲ ਇਹ ਬਣ ਕੇ ਤਿਆਰ ਹੋ ਗਿਆ। ਇਹ ਸਾਰਾ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ, ਕਿਉਂਕਿ ਆਪਾਂ ਸਾਰਾ ਸਮਾਨ ਜਿਹੜਾ ਉਹ ਨਾਪ ਕੇ ਲਿੱਤਾ ਸੀ, ਫਿਰ ਆਪਾਂ ਸਾਰੇ ਐਡ ਕਰ ਦਿਆਂਗੇ ਸਾਰੇ ਆਟੇ 'ਚ। ਹੁਣ ਇਹਨੂੰ ਆਪਾਂ ਨਾ ਬਿਲਕੁਲ ਹਲਕੀ ਜਿਹੀ ਫਲੇਮ 'ਤੇ ਜਿਹੜਾ ਖੁਰਚਣੇ ਜਾਂ ਕੜਛੀ ਦੀ ਮਦਦ ਨਾਲ ਆਟੇ ਨਾਲ ਮਿਕਸ ਕਰ ਦਿਆਂਗੇ, ਇਸ ਤਰ੍ਹਾਂ ਵੀ ਇਹਦੇ ਵਿੱਚ ਨਾ ਅਲੱਗ ਅਲੱਗ ਨਾ ਰਹੇ ਇਹ ਆਟਾ ਨਾ ਅਲੱਗ ਰਹੇ, ਅਤੇ ਜਿਹੜਾ ਆਪਾਂ ਇੰਸਟੈਂਟ ਮਾਵਾ ਬਣਾਇਆ ਇਹ ਅਲੱਗ ਨਾ ਰਹੇ, ਇਹ ਦੋਨੇ ਇਕੱਠੇ ਮਿਕਸ ਹੋ ਜਾਣ, ਵਧੀਆ ਇਹਦਾ ਟੈਕਸਚਰ ਬਣ ਕੇ ਤਿਆਰ ਹੋ ਜੇ। ਅਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਥੋੜ੍ਹਾ ਜਿਹਾ ਮਿਕਸ ਕਰ ਲੈਂਦੇ ਹਾਂ, ਕਿਉਂਕਿ ਗਰਮ ਕਾਫੀ ਆ ਇਹ। ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਸਾਰੀਆਂ ਗੰਢਾਂ ਖਤਮ ਕਰ ਦਿਆਂਗੇ। ਅਤੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ, ਬਹੁਤ ਟੇਸਟੀ ਇਹ ਗਰਮਾ ਗਰਮ ਲੱਗਦਾ, ਇਹਨੂੰ ਦੇਖ ਕੇ ਕੋਈ ਵੀ ਨਹੀਂ ਦੱਸ ਸਕਦਾ ਜਾਂ ਇਹਨੂੰ ਖਾ ਕੇ ਵੀ ਕੋਈ ਦੱਸ ਨਹੀਂ ਸਕਦਾ ਇਹਨਾਂ ਪਿੰਨੀਆਂ ਨੂੰ ਵੀ ਇਹ ਆਪਾਂ ਖੋਏ ਤੋਂ ਨਹੀਂ ਤਿਆਰ ਕੀਤੀਆਂ, ਵੀ ਆਪਾਂ ਮਿਲਕ ਪਾਊਡਰ ਤੋਂ ਤਿਆਰ ਕੀਤੀਆਂ ਨੇ, ਕਿਉਂਕਿ ਇੰਨੀਆਂ ਟੇਸਟੀ ਬਣਦੀਆਂ ਨੇ। ਅਤੇ ਸਭ ਤੋਂ ਵਧੀਆ ਗੱਲ ਵੀ ਬਹੁਤ ਹੀ ਘੱਟ ਸਮੇਂ 'ਚ ਇਹ ਬਣ ਜਾਂਦੀਆਂ ਨੇ, ਜ਼ਿਆਦਾ ਕੋਈ ਝੰਝਟ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ। ਬਸ ਹਲਕਾ ਜਿਹਾ ਇਹਨੂੰ ਇਸ ਤਰੀਕੇ ਨਾਲ ਜਾਂ ਤਾਂ ਮਿਕਸ ਕਰਦੇ ਹੋਏ ਆਪਾਂ ਥੋੜ੍ਹਾ ਜਿਹਾ ਠੰਡਾ ਕਰ ਲਾਂਗੇ, ਜ਼ਿਆਦਾ ਠੰਡਾ ਨਹੀਂ ਕਰਨਾ, ਹਲਕਾ ਗਰਮ ਰੱਖਾਂਗੇ ਵੀ ਆਪਾਂ ਇਹਦੀਆਂ ਪਿੰਨੀਆਂ ਵੱਟ ਸਕੀਏ, ਜਾਂ ਫਿਰ ਇਸ ਤਰੀਕੇ ਨਾਲ ਤੁਸੀਂ ਕੜਾਹੀ ਦੇ ਵਿੱਚ ਇਹਨੂੰ ਛੱਡ ਦਿਓ। ਅਤੇ ਹੁਣ ਜੀ ਪਿੰਨੀਆਂ ਵੱਟਣ ਦੇ ਲਈ ਬਿਲਕੁਲ ਇਹ ਤਿਆਰ ਹੋ ਗਿਆ, ਅਤੇ ਆਪਾਂ ਇਹਦੀਆਂ ਨਾ ਪਿੰਨੀਆਂ ਵੱਟ ਲੈਂਦੇ ਹਾਂ। ਗਰਮ ਹੈ ਥੋੜ੍ਹਾ ਜਿਹਾ ਪਰ ਜ਼ਿਆਦਾ ਗਰਮ ਨਹੀਂ, ਅਤੇ ਇਸ ਤਰੀਕੇ ਨਾਲ ਜਿੰਨੇ ਜਿੰਨੇ ਸਾਈਜ਼ ਦੀਆਂ ਤੁਸੀਂ ਪਿੰਨੀਆਂ ਬਣਾਉਣੀਆਂ ਹੋਈਆਂ ਉਸ ਤਰੀਕੇ ਨਾਲ ਬਣਾ ਲਿਓ। ਇਸ ਤਰੀਕੇ ਨਾਲ ਲੱਡੂ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਬਣਾ ਦੇਵਾਂਗੇ। ਦੇਖੋ ਕਿੰਨੀਆਂ ਵਧੀਆ ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ, ਬਣਾ ਬਣਾ ਕੇ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਰੱਖੀ ਚੱਲਾਂਗੇ।
ਤਿਆਰ ਹੋ ਗਈ ਜੀ ਆਪਣੀ ਲਾਸਟ ਪਿੰਨੀ। ਸਾਰੀਆਂ ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ। ਗਰਮਾ ਗਰਮ ਚਾਹ ਦੇ ਨਾਲ ਖਾਓ, ਦੁੱਧ ਦੇ ਨਾਲ ਖਾਓ, ਬਹੁਤ ਟੇਸਟੀ ਲੱਗਣਗੀਆਂ। ਅਤੇ ਸਾਰੀਆਂ ਪਿੰਨੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਣ ਕੇ ਹੋ ਗਈਆਂ ਤਿਆਰ। ਇੱਕ ਪਿੰਨੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਵੀ ਕਿੰਨਾ ਵਧੀਆ ਇਹਨਾਂ ਦਾ ਟੈਕਸਚਰ ਆਇਆ ਅਤੇ ਕਿੰਨੀਆਂ ਨਰਮ ਇਹ ਬਣ ਕੇ ਤਿਆਰ ਹੋਈਆਂ ਨੇ। ਬਹੁਤ ਟੇਸਟੀ ਲੱਗਦੀਆਂ ਜੀ, ਝਟਪਟ ਬਣ ਜਾਂਦੀਆਂ। ਖਾ ਕੇ ਦੱਸੀ ਕਿਵੇਂ ਬਣੀਆਂ ਪਿੰਨੀਆਂ, ਠੀਕ ਹੈ? ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।